ਆਈਬੀਐਸ ਰਿਕਾਰਡਸ ਦਾ ਧਾਰਮਿਕ ਉਪਰਾਲਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏ ਕਾਲਿ ਵਲਾਈ ਰਹਾਉ ਰੱਖ ਲੀਏ ਤਿਨ ਰਖਣ ਹਾਰ ਸਭ ਬਿਆਜ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਡੰਡਾਉਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇਕਰ ਹੱਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਕੱਲ ਤੋਂ ਆਪਾਂ ਦੁਖਪੰਧਨੀ ਸਾਹਿਬ ਦੇ ਪਾਠ ਦੀ ਕਥਾ ਆਰੰਭ ਕੀਤੀ ਸੀ ਆਓ ਅੱਜ ਦੁਖਪੰਧਨੀ ਸਾਹਿਬ ਦੇ ਪਾਠ ਦਾ ਜਿਹੜਾ ਪਹਿਲਾ ਸ਼ਬਦ ਹੈ ਕਿਉਂਕਿ 34 ਸ਼ਬਦ ਸੀ ਆਪ ਜੀ ਨੂੰ ਮੈਂ ਦੱਸਿਆ ਸੀ ਕੱਲ ਜਿਹੜਾ ਪਹਿਲਾ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਕਿਉਂਕਿ ਤਕਰੀਬਨ ਸਾਰੇ ਸ਼ਬਦ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਹਨ ਇਸ ਪਾਠ ਵਿੱਚ ਆਓ ਪਹਿਲੇ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਸਾਰੇ ਇੱਕ ਵਾਰੀ ਇਹ ਪਾਠ ਸਰਵਣ ਕਰ ਲਈਏ ਪਹਿਲੇ ਸ਼ਬਦ ਦਾ ਗਉੜੀ ਮਹੱਲਾ ਪੰਜਵਾਂ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਰ ਆਰਾਧੀਐ पूरन सतगुरु ज्ञान रहाओ जित कट वसै पार ब्रह्म सोई सुहावा ठाऔ जम कंकर नीड न आवई रसना हर गुण गाओ सेवा स्वृत्त न जानियां ना जापय जानिया। जा आराध्य ऊट तेरी जग जीवना ਮੇਰੇ ਠਾਕੁਰ ਅਗਮ ਅਗਾਧ ਭੇ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦਇਉ ਗੁਰ ਗੁਰ ਸੱਚਾ ਸਿਰਜਣ ਹਾਰ ਗੁਰ ਟੁੱਠੈ ਸਬ ਕਿਛ ਪਾਇਆ ਜਨਨਾਨਕ ਸਦ ਬਲੇਹਾਰ ਗੁਰ ਟੁੱਠੈ ਸਭ ਕਿਸੇ ਪਾਇਆ ਜਨਨਾਨਕ ਸਦ ਬਲੇਹਾਰ ਇਹ ਪਾਵਨ ਸ਼ਬਦ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਹੈ ਇਹਦੇ ਸ਼ਬਦ ਸਤਗੁਰ ਜੀ ਨੇ ਗੌੜੀ ਤੇ ਮਾਝ ਇਹ ਦੋਵੇਂ ਇਕੱਠੀਆਂ ਨੇ ਇੱਕ ਗੌੜੀ ਹੁੰਦੀ ਹੈ ਇੱਕ ਮਾਝ ਹੁੰਦਾ ਹੈ ਆਪਾਂ ਗੁਰਬਾਣੀ ਵਿੱਚ ਵੀ ਸਰਵਣ ਕੀਤਾ ਹੋਊਗਾ ਗੌੜੀ ਮਹੱਲਾ ਪੰਜਵਾਂ ਜਿਵੇਂ ਸੁਖਮਨੀ ਸਾਹਿਬ ਦਾ ਪਾਠ ਗੌੜੀ ਰਾਗ ਦੇ ਵਿੱਚ ਹੈ ਤੇ ਮਾਝ ਰਾਗ ਵੱਖਰਾ ਹੈ ਜਿਵੇਂ 12 ਮਹਾਮਾਝ ਦੇ ਵਿੱਚ ਹਨ ਪਰ ਇਹ ਗੌੜੀ ਤੇ ਮਾਝ ਇਕੱਠਾ ਕਰ ਦਿੱਤਾ ਸਤਿਗੁਰੂ ਜੀ ਨੇ ਇਹ ਦੋਵਾਂ ਰਾਗਾਂ ਵਿੱਚ ਇਕੱਠੇ ਸਤਿਗੁਰੂ ਜੀ ਨੇ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਤੇ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 218 ਤੇ ਸੁਸ਼ੋਭਿਤ ਹੈ 218 ਅੰਗ ਤੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚੋਂ ਇਹ ਸ਼ਬਦ ਸੰਗ੍ਰਹਿ ਕੀਤੇ ਗਏ ਤੇ ਸਾਰੇ तकरीबन ਸ਼ਬਦ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਹਨ ਇਸ ਪਾਠ ਵਿੱਚ ਸਤਗੁਰ ਜੀ ਆਰੰਭ ਕਰਦੇ ਹਨ ਸਤਗੁਰ ਕਹਿੰਦੇ ਹਨ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਰ ਆਰਾਧਿਐ ਪੂਰਨ ਸਤਗੁਰ ਗਿਆਨ ਰਹਾਉ ਇਹ ਰਹਾਉ ਵਾਲੀ ਪੰਕਤੀ ਹੈ ਤੇ ਰਹਾਉ ਵਾਲੀ ਪੰਕਤੀ ਮੂਲ ਹੁੰਦੀ ਹੈ ਸਰਲੇਖ ਹੁੰਦੀ ਹੈ ਤੇ ਬਾਕੀ ਸਾਰੇ ਸ਼ਬਦ ਦੀਆਂ ਪੰਕਤੀਆਂ ਰਹਾਉ ਵਾਲੀ ਪੰਕਤੀਆਂ ਦੀ ਪ੍ਰਕਰਮਾ ਕਰਦੀਆਂ ਹਨ ਆਲੇ-ਦੁਆਲੇ ਘੁੰਮਦੀਆਂ ਪਰ ਮੂਲ ਸ਼ਬਦ ਹੁੰਦਾ ਹੈ ਮੂਲ ਪੰਕਤੀ ਮੂਲ ਸਰਲੇਖ ਹੁੰਦਾ ਹੈ ਰਹਾਉ ਵਾਲੀ ਟੁਕ ਦਾ ਸਤਗੁਰੂ ਜੀ ਦੱਸਦੇ ਹਨ ਕਿ ਇਹ ਇਨਸਾਨ ਨੂੰ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਦੁੱਖਾਂ ਨੂੰ ਕੱਟਣ ਵਾਲੀ ਇੱਕ ਚੀਜ਼ ਹੈ ਬਣੀ ਹੈ ਆਪਾਂ ਕਹਿੰਨੇ ਆਪਾਂ ਬੜੇ ਦੁਖੀ ਆ ਆਪਾਂ ਨੂੰ ਬੜੇ ਰੋਗ ਲੱਗੇ ਆਪਾਂ ਨੂੰ ਬੜੇ ਕਲੇਸ਼ ਸਤਾ ਰਹੇ ਹਨ ਘਰ ਵਿੱਚ ਕਲੇਸ਼ ਹੈ ਆਪਣਾ ਬੇਟਾ ਅੱਖੇ ਨਹੀਂ ਲੱਗਦਾ ਜਾਂ ਪਿਤਾ ਪੁੱਤਰ ਵਿੱਚ ਝਗੜਾ ਹੈ ਨੋਂ ਸੱਸ ਵਿੱਚ ਝਗੜਾ ਰਹਿੰਦਾ ਹੈ ਜਾਂ ਹੋਰ ਬੜੇ ਇਸ ਤਰ੍ਹਾਂ ਦੇ ਕਲੇਸ਼ ਨੇ ਗਵਾਂਢੀ ਗਵਾਂਢੀ ਲੜੀ ਜਾਂਦੇ ਹਨ ਬੜੇ ਤਰ੍ਹਾਂ ਦੇ ਦੁੱਖ ਹਨ ਇਸ ਸੰਸਾਰ ਦੇ ਵਿੱਚ ਕਿਸੇ ਨੂੰ ਕੋਈ ਦੁੱਖ ਚੰਬੜਿਆ ਕਿਸੇ ਨੂੰ ਕੋਈ ਦੁੱਖ ਚੰਬੜਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਤੁਹਾਨੂੰ ਪਤਾ ਹੈ ਇਹਨਾਂ ਦੁੱਖਾਂ ਨੂੰ ਖਤਮ ਕਰਨ ਵਾਲਾ ਇਹਨਾਂ ਦੁੱਖਾਂ ਦਾ ਸਿਰ ਭੰਨਣ ਵਾਲਾ ਇੱਕ ਚੀਜ਼ ਹੈ ਉਹ ਕੌਣ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ 13 ਨਾਮ ਸਤਿਗੁਰ ਨੇ ਦੋ ਵਾਰਾ ਰਿਪੀਟ ਕੀਤਾ ਇਹਨੂੰ ਦੋ ਵਾਰਾ ਸਤਿਗੁਰ ਨੇ ਦੋ ਵਾਰਾ ਰਿਪੀਟ ਕਰਕੇ ਸਾਨੂੰ ਦੱਸਿਆ ਹੈ ਕਿ ਦੁੱਖਾਂ ਨੂੰ ਖਤਮ ਕਰਨ ਵਾਲਾ ਕੇਵਲ ਇੱਕ ਨਾਮ ਹੈ ਕੇਵਲ ਇੱਕ ਨਾਮ ਹੈ ਇਹ ਲੋਕੋ ਕੌ ਨਾਮ ਕਿਹੜਾ ਹੈ ਉਹ ਪਰਮਾਤਮਾ ਦਾ ਨਾਮ ਹੈ ਇਹ ਸਤਿਗੁਰ ਦੱਸਦੇ ਹਨ ਆਠ ਪਹਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ ਇਹ ਪੂਰੇ ਸਤਿਗੁਰ ਨੇ ਸੋਜੀ ਬਖਸ਼ੀ ਹੈ ਸੋਜੀ ਬਖਸ਼ੀ ਗਿਆਨ ਬਖਸ਼ਿਆ ਕਿ ਇਹਨੂੰ ਅੱਠੇ ਪੈਰ ਅਰਾਧਣਾ ਹੈ ਅੱਠੇ ਪੈਰ ਚਾਰ ਪੈਰ ਦਿਨ ਦੇ ਹੁੰਦੀ ਹਨ ਚਾਰ ਪੈਰ ਰਾਤ ਦੇ ਹੁੰਦੇ ਹਨ ਜਿਵੇਂ 12 ਘੰਟੇ ਹੁੰਦੇ ਹਨ ਦਿਨ ਤੇ 12 ਘੰਟੇ ਰਾਤ ਦੇ ਹੁੰਦੇ ਹਨ 24 ਘੰਟੇ ਦਾ ਦਿਨ ਰਾਤ ਮੰਨਿਆ ਜਾਂਦਾ ਹੈ ਤੇ 3 ਘੰਟੇ ਦਾ ਇੱਕ ਪੈਰ ਮੰਨਿਆ ਜਾਂਦਾ ਹੈ ਤੇ ਇਸ ਕਰਕੇ ਅੱਠੇ ਪੈਰ ਸਤਿਗੁਰੂ ਨੇ ਕਿਹਾ ਕਿ ਅੱਠੇ ਪੈਰ ਹੈ ਗੁਰੂ ਕੇ ਸਿੱਖਾ ਸਤਿਗੁਰੂ ਪੂਰਾ ਗੁਰੂ ਤੈਨੂੰ ਗਿਆਨ ਦੇ ਰਿਹਾ ਕਿ ਅੱਠੇ ਪੈਰ ਪਰਮਾਤਮਾ ਦਾ ਨਾਮ ਜਪ ਤੇ ਜੇ ਨਾਮ ਜਪੇਗਾ ਫਿਰ ਕੀ ਹੋਵੇਗਾ ਸਤਿਗੁਰ ਕਹਿੰਦੇ ਦੁੱਖ ਭੰਜਨ ਤੇਰੇ ਦੁੱਖ ਭਜ ਜਾਣਗੇ ਤੇਰੇ ਦੁੱਖ ਖਤਮ ਹੋ ਜਾਣਗੇ ਤੇਰੇ ਕਲੇਸ਼ ਖਤਮ ਹੋ ਜਾਣਗੇ ਪਰ ਅਫਸੋਸ ਹੁੰਦਾ ਕਿਸੇ ਵੇਲੇ ਕਿ ਨਾਮ ਦੀ ਗੱਲ ਬਾਰ-ਬਾਰ ਗੁਰਬਾਣੀ ਵਿੱਚ ਆਈ ਹੈ ਜਿਵੇਂ ਗੁਰਬਾਣੀ ਵਿੱਚ ਬਾਰ-ਬਾਰ ਸਤਿਗੁਰ ਦੱਸਦੇ ਹਨ ਜਪ ਮੰਨ ਸਤ ਨਾਮ ਸਦਾ ਸਤ ਨਾਮ ਕੀ ਐ ਮਨਾ ਪਰਮਾਤਮਾ ਦਾ ਨਾਮ ਜਪ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਤਾਂ ਕਹਿੰਦੇ ਹਨ ਜਪੋ ਤਾਂ ਏਕੋ ਨਾਮਾ ਔਰ ਇਹ ਨੀਰਾਫਲ ਕੰਮ ਆ ਇਹ ਪ੍ਰਾਣੀ ਜਪਣਾ ਤੇ ਇੱਕ ਪ੍ਰਮਾਤਮਾ ਦਾ ਨਾਮ ਜਪ ਬਾਕੀ ਇਸ ਤੋਂ ਇਲਾਵਾ ਜਿੰਨੇ ਵੀ ਕੰਮ ਹਨ ਉਹਦਾ ਕੋਈ ਫਲ ਨਹੀਂ ਹੈ ਕੇਵਲ ਨਾਮ ਜਪਣ ਦਾ ਇੱਕ ਫਲ ਹੈ ਗੁਰਬਾਣੀ ਵਿੱਚ ਬਾਰ ਬਾਰ ਆਪਾਂ ਨੂੰ ਜ਼ਿਕਰ ਆ ਜਾਵੇਗਾ ਕਿ ਨਾਮ ਜਪਣਾ ਜ਼ਰੂਰੀ ਨਾਮ ਜਪਣਾ ਜ਼ਰੂਰੀ ਹੈ ਪਰ ਆਪਾਂ ਵੇਖਦੇ ਆਪਾਂ ਹੋਰ ਸਭ ਕੁਝ ਕਰਦੇ ਆਪਾਂ দান ਪੁੰਨ ਵੀ ਕਰਦੇ ਆ ਆਪਾਂ ਸੇਵਾ ਵੀ ਕਰਦੇ ਆ ਆਪਾਂ بڑے ਪਾਠ ਵੀ ਕਰਦੇ ਆ ਪਾਠ ਕਰਨਾ ਵੀ ਚਾਹੀਦਾ ਹੈ ਸੇਵਾ ਕਰਨੀ ਵੀ ਚਾਹੀਦੀ দান ਪੁੰਨ ਵੀ ਕਰਨਾ ਚਾਹੀਦਾ ਜ਼ਰੂਰੀ ਹੈ ਪਰ ਇੱਥੇ ਸਤਿਗੁਰੂ ਦੱਸਦੇ ਹਨ ਦੁੱਖ ਭੰਜਨ ਤੇਰਾ ਨਾਮ ਜੀ ਫਿਰ ਵੀ ਆਪਾਂ ਵੇਖਦੇ ਨੇ ਬੜੇ ਜਾਣੇ ਹੁੰਦੇ ਹਨ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਂਦੇ ਹਨ ਪਰ ਫਿਰ ਵੀ ਉਹਨਾਂ ਦੇ ਘਰੋਂ ਦੁੱਖ ਨਹੀਂ ਜਾਂਦੇ ਕਲੇਸ਼ ਨਹੀਂ ਜਾਂਦੇ ਉਹ ਫਿਰ ਵੀ ਰੋਂਦੇ ਪਿੱਟਦੇ ਆਪਾਂ ਨੂੰ ਨਜ਼ਰ ਆਉਣਗੇ ਇਹ ਕਮਾਲ ਦੀ ਗੱਲ ਹੈ ਅਸੀਂ ਦੋ ਟਾਈਮ ਨਿਤਨੇਮ ਵੀ ਕਰਦੇ ਹਾਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ ਸੇਵਾ ਵੀ ਕਰਦੇ ਹਾਂ ਸੁਖਮਨੀ ਸਾਹਿਬ ਦੇ ਪਾਠ ਵੀ ਕਰੀ ਜਾਂਦੇ ਪਰ ਫਿਰ ਵੀ ਇਹ ਕਿਉਂ ਦੁੱਖ ਕਿਉਂ ਸਾਨੂੰ ਚੰਬੜਿਆ ਤਾਂ ਸਤਿਗੁਰੂ ਕਹਿੰਦੇ ਹਨ ਤੁਸੀਂ ਨਾਮ ਜਪਿਆ ਹੈ ਨਾਮ ਜਪਿਆ ਹੈ ਤੁਸੀਂ ਸਾਰਿਆਂ ਨੇ। ਨਾਮ ਜਪਣਾ ਕੀ ਨਾਮ ਤਾਂ ਬੀਜ ਹੈ। ਜਿਵੇਂ ਇੱਕ ਬੜੀ ਸੋਹਣੀ ਸੁੰਦਰ ਉਦਾਹਰਨ ਹੁੰਦੀ ਹੈ ਨਾ ਵਿਦਵਾਨ ਜਣ ਦਿੰਦੇ ਹੁੰਦੇ ਹਨ। ਕਹਿੰਦੇ ਕਿ ਮੰਨ ਲਓ ਇੱਕ ਕਿਸਾਨ ਹੈ। ਇੱਕ ਕਿਸਾਨ ਨੇ ਜ਼ਮੀਨ ਵਿੱਚ ਕੁਝ ਬੋਇਆ ਹੈ। ਉਹਨੇ ਕੁਝ ਬੀਜੇ ਆਪਣੇ ਵੱਲੋਂ। ਤੋਂ 15-20 ਦਿਨਾਂ ਦਾ ਮਹੀਨਾ ਹੋ ਗਿਆ ਉਹਦੇ ਵਿੱਚ ਕੁਝ ਉੱਗਿਆ ਨਹੀਂ ਹੈ। ਪੈੜੀ ਦੇ ਵਿੱਚ ਉਹਨੇ ਬੀਜੇ ਹੈ, ਫਸਲ ਵਿੱਚ ਕੁਝ ਬੀਜੇ ਹੈ, ਕਿਸਾਨ ਨੇ ਵਿੱਚ ਉੱਗਿਆ ਕੁਝ ਨਹੀਂ ਹੈ। ਉਹ ਬੜਾ ਪਰੇਸ਼ਾਨ ਹੈ ਵਿਚਾਰਾ ਕਿ ਮੈਂ ਬੜੀ ਮਿਹਨਤ ਕੀਤੀ ਮੇਰੇ ਪੈਸੇ ਵੀ ਬੜੇ ਖਰਚ ਹੋ ਗਏ ਪਰ ਪੈਦਾ ਕੁਝ ਨਹੀਂ ਹੋਇਆ ਬੜਾ ਪਰੇਸ਼ਾਨ ਹੈ ਕਦੀ ਕਿਸੇ ਨੂੰ ਪੁੱਛਦਾ ਹੈ ਕਦੀ ਕਿਸੇ ਨੂੰ ਪੁੱਛਦਾ ਹੈ ਫਿਰ ਇੱਕ ਬਜ਼ੁਰਗ ਹੈ ਬੜਾ ਸਿਆਣਾ ਉਹਦੀ ਸਲਾਹ ਲੈਂਦਾ ਹੈ ਬਜ਼ੁਰਗ ਕਹਿੰਦਾ ਕੀ ਗੱਲ ਬੜਾ ਪਰੇਸ਼ਾਨ ਹੈ ਨੌਜਵਾਨਾ ਉਹ ਨੌਜਵਾਨ ਯੰਗਮੈਨ ਕਹਿੰਦਾ ਕਿ ਮੈਂ ਕੀ ਕਰਾਂ ਮੈਂ ਕਿਸਾਨ ਆ ਤੇ ਮੈਂ ਪੈਲੀ ਵਿੱਚ ਕੁਝ ਬੀਜਿਆ ਸੀ ਆਪਾਂ ਵੇਖਦੇ ਸਭ ਕੁਝ ਪੈਲੀ ਦੇ ਵਿੱਚ ਜ਼ਮੀਨ ਵਿੱਚੋਂ ਉੱਗਦਾ ਹੈ ਭਾਵੇਂ ਫਲ ਫਰੂਟ ਹੈ ਭਾਵੇਂ ਸਬਜ਼ੀਆਂ ਨੇ ਕਣਕ ਹੈ ਚਾਵਲ ਹੈ ਸਭ ਉੱਥੋਂ ਉਗਦਾ ਹੈ ਕਹਿੰਦਾ ਮੈਂ ਬੜਾ ਪਰੇਸ਼ਾਨ ਐ ਇੱਕ ਮਹੀਨਾ ਹੋ ਗਿਆ ਐ ਮੈਂ ਬੜੀ ਮਿਹਨਤ ਕੀਤੀ ਮੇਰਾ ਬੜਾ ਪੈਸਾ ਖਰਚ ਹੋ ਗਿਆ ਉਗਿਆ ਕੁਝ ਨਹੀਂ ਉਸ ਬਜ਼ੁਰਗ ਨੇ ਪੁੱਛਿਆ ਨੌਜਵਾਨਾ ਮੈਨੂੰ ਇਹ ਦੱਸ ਕਿ ਤੂੰ ਪੈੜੀ ਦੇ ਵਿੱਚ ਹਾਲ ਚਲਾਇਆ ਸੀ ਟਰੈਕਟਰ ਦੇ ਨਾਲ ਕਹਿੰਦਾ ਮੈਂ ਚਲਾਇਆ ਸੀ ਕਹਿੰਦਾ ਉੱਪਰੋਂ ਸੁਹਾਗਾ ਫੇਰਿਆ ਸੀ ਕਹਿੰਦਾ ਸੁਹਾਗਾ ਵੀ ਫੇਰਿਆ ਸੀ ਕਹਿੰਦਾ ਵਿੱਚ ਪਾਣੀ ਦਿੱਤਾ ਸੀ ਕਹਿੰਦਾ ਪਾਣੀ ਵੀ ਦਿੱਤਾ ਸੀ ਅੱਛਾ ਕਹਿੰਦਾ ਖਾਦ ਪਾਈ ਸੀ ਕਹਿੰਦਾ ਮੈਂ ਖਾਦ ਵੀ ਪਾਈ ਸੀ ਕਹਿੰਦਾ ਫਿਰ ਵੀ ਕੁਝ ਨਹੀਂ ਉੱਗਿਆ ਕਹਿੰਦਾ ਨੇ ਅੱਛਾ ਕਹਿੰਦਾ ਮੈਨੂੰ ਇਹ ਦੱਸੋ ਬਜ਼ੁਰਗ ਕਹਿੰਦਾ ਵਿੱਚ ਬੀਜ ਕਿਹੜਾ ਪਾਇਆ ਸੀ ਉਹ ਨੌਜਵਾਨ ਬੜਾ ਪਰੇਸ਼ਾਨ ਹੋ ਗਿਆ ਤੇ ਉਹਨੇ ਮੱਥੇ ਤੇ ਹੱਥ ਵੀ ਮਾਰਿਆ ਕਹਿੰਦਾ ਓਹੋ ਬਜ਼ੁਰਗੋ ਉਹ 올ਡ ਮੈਨ ਜੀ ਕੀ ਕਰਾਂ ਮੈਨੂੰ ਤਾਂ ਬੀਜ ਪਾਉਣਾ ਹੀ ਮੈਂ ਭੁੱਲ ਗਿਆ ਫਸਲ ਦੇ ਵਿੱਚ ਮੈਂ ਵਿੱਚ ਹੱਲ ਵੀ ਚਲਾਇਆ ਸੁਹਾਗਾ ਵੀ ਫੇਰੇਆ ਪਾਣੀ ਵੀ ਦਿੱਤਾ ਖਾਦ ਵੀ ਪਾਈ ਪਰ ਵਿੱਚ ਮੈਂ ਬੀਜ ਕੁਝ ਪਾਇਆ ਹੀ ਨਹੀਂ ਤੇ ਬਜ਼ੁਰਗ ਕਹਿੰਦਾ ਜੇ ਤੂੰ ਬੀਜ ਨਹੀਂ ਵਿੱਚ ਪਾਇਆ ਫਿਰ ਉੱਗਣਾ ਕੀ ਹੈ ਉਗਣਾ ਤਾਂ ਬੀਜ ਨੇ ਆ ਨਾ ਜੇ ਤੂੰ ਮੱਲਾ ਆਪਾਂ ਲੈਣਾ ਝੋਨਾ ਲੈਣਾ ਚਾਵਲ ਲੈਣੇ ਨੇ ਪਹਿਲੀ ਤੂੰ ਆਪਾਂ ਚਾਵਲ ਦੇ ਬੀਜ ਬੋਣੇ ਪੈਣੇ ਫਿਰ ਚਾਵਲ ਉਗਗੇਗਾ ਝੋਨਾ ਉਗੇਗਾ ਕਣਕ ਲੈਣੀ ਆਪਾਂ ਕਣਕ ਦੇ ਬੀਜ ਬੋਣੇ ਪੈਣਗੇ ਫਿਰ ਕਣਕ ਉਗੇਗੀ ਕੋਈ ਫਰੂਟ ਆਪਾਂ ਲੈਣਾ ਕੋਈ ਵੀ ਸਬਜ਼ੀ ਆਪਾਂ ਬੀਜਣੀ ਪਹਿਲਾਂ ਉਹਦਾ ਬੀਜ ਪਾਉਣਾ ਪਊਗਾ ਕਹਿੰਦਾ ਮੈਂ ਬੀਜ ਪਾਇਆ ਨਹੀਂ ਉਹ ਬਜ਼ੁਰਗ ਕਹਿੰਦਾ ਫਿਰ ਉਗਣਾ ਕੀ ਆ ਤੇ ਗੁਰਨਾਨਕ ਸਾਹਿਬ ਜੀ ਪਤਾ ਹੀ ਕਹਿੰਦੇ ਆ ਸਤਗੁਰ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੀ ਇਸ ਕਿ ਇਹ ਇਨਸਾਨੋਂ ਨਾਮ ਬੀਜ ਹੈ ਨਾਮ ਬੀਜ ਹੈ ਜੇ ਤੁਸੀਂ ਨਾਮ ਨੂੰ ਨਹੀਂ ਬੋਇਆ ਤੁਹਾਡੇ ਦੁੱਖ ਖਤਮ ਨਹੀਂ ਹੋਣੇ ਉੱਗਣਾ ਕੁਝ ਨਹੀਂ ਆ ਤੁਸੀਂ ਫਿਰ ਘਰ ਲਾਉਂਦੇ ਰਹੋਗੇ ਤੁਸੀਂ ਤੜਪਦੇ ਰਹੋਗੇ ਤੁਸੀਂ ਕਦੀ ਇੱਧਰ ਜਾਓਗੇ ਕਦੀ ਉੱਧਰ ਜਾਓਗੇ ਕਦੀ ਕਬਰਾਂ ਵੱਲ ਜਾਓਗੇ ਕਦੀ ਕਿਸੇ ਸਿਆਣੇ ਵੱਲ ਜਾਓਗੇ ਕਦੀ ਧਾਗੇ ਤਵੀਤਾਂ ਵੱਲ ਜਾਓਗੇ ਨਾਮ ਤੇ ਤੁਸੀਂ ਜਪਿਆ ਨਹੀਂ ਤੇ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਵਿੱਚ ਇਹੀ ਦੱਸ ਰਹੇ ਹਨ ਕਹਿੰਦੇ ਨਾਮ ਜਪੋ ਜੇ ਨਾਮ ਜਪੋਗੇ ਫਿਰ ਕੀ ਹੋਵੇਗਾ ਫਿਰ ਦੁੱਖ ਭੱਜ ਭੱਜ ਜਾਣਗੇ ਤੁਹਾਡੇ ਦੁੱਖ ਖਤਮ ਹੋਣਗੇ ਕਿਉਂ ਦੁੱਖ ਭੰਜਨ ਤੇਰਾ ਨਾਮ ਜੀ ਇਹ ਪਰਮਾਤਮਾ ਤੇਰਾ ਜਿਹੜਾ ਨਾਮ ਜਿਹੜਾ ਜਪਦਾ ਹੈ ਨਾ ਉਹ ਤਾਂ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਦੋ ਵਾਰੀ ਰਿਪੀਟ ਕੀਤਾ ਫਿਰ ਕਹਿੰਦੇ ਨੂੰ ਅਠੇ ਪੈਰ ਅਰਾਧੋ ਦਿਨ ਰਾਤ ਦਿਨ ਰਾਤ ਸਵਾਸ ਸਵਾਸ ਨੂੰ ਜਪੋ ਇਹ ਸਤਿਗੁਰੂ ਪੂਰਾ ਸਤਿਗੁਰੂ ਗਿਆਨ ਦੇ ਰਿਹਾ ਹੈ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਗੁਰੂ ਅਰਜਨ ਦੇਵ ਜੀ ਮਹਾਰਾਜੀ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਸਤਿਗੁਰ ਕਹਿੰਦੇ ਹਨ ਕਿ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਤੇ ਸਤਿਗੁਰ ਕਹਿੰਦੇ ਜਿਹੜਾ ਨਾਮ ਜਪਣਾ ਸ਼ੁਰੂ ਹੋ ਜਾਂਦਾ ਹੈ ਨਾ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਦੀ ਧੁਨੀ ਅਲਾਪਣਾ ਸ਼ੁਰੂ ਕਰ ਦਿੰਦਾ ਹੈ ਅੱਠੇ ਪੈਰ ਦਿਨ ਰਾਤ ਖਾਂਦੇ ਪੀਂਦੇ ਸੌਂਦੇ ਨੌਂਦੇ ਤੁਰਦੇ ਕੰਮ ਕਰਦੇ ਹਰ ਪਾਸੇ ਉਹਦੇ ਅੰਦਰੋਂ சுவாਸ-ਸਵਾਸ ਚੱਲਣ ਲੱਗ ਪੈਂਦਾ ਹੈ ਰਸਨਾ ਜਪਣ ਲੱਗ ਪੈਂਦੀ ਹੈ ਵਾਹਿਗੁਰੂ ਫਿਰ ਕਹਿੰਦੇ ਕੀ ਹੁੰਦਾ ਹੈ ਕਹਿੰਦੇ ਉਹਦਾ ਜਿਹੜਾ ਹਿਰਦਾ ਹੈ ਨਾ ਉਹਦਾ ਘਰ ਹੈ ਕਹਿੰਦੇ ਹਰਿ ਮੰਦਰ ਬਣ ਜਾਂਦਾ ਹੈ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਂ ਕਿਉਂ ਉਕਿ ਤੂੰ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ ਜੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਹਿਰਦੇ ਤੋਂ ਫਿਰ ਇਸ ਹਿਰਦੇ ਦੇ ਵਿੱਚ ਪਰਮਾਤਮਾ ਆ ਕੇ ਬੈਠ ਜਾਂਦਾ ਹੈ ਪਰਮਾਤਮਾ ਆ ਕੇ ਬਰਾਜਮਾਨ ਹੋ ਜਾਂਦਾ ਹੈ ਬੈਠ ਜਾਂਦਾ ਹੈ ਉਹ ਥਾਂ ਸੁਹਾਵਨਾ ਬਣ ਜਾਂਦਾ ਹੈ ਸੁਹਾਵਨਾ ਫਿਰ ਕੀ ਹੁੰਦਾ ਹੈ ਜਿਸ ਹਿਰਦੇ ਦੇ ਵਿੱਚ ਜਿਸ ਘਰ ਦੇ ਵਿੱਚ ਜਿਸ ਬਾਡੀ ਵਿੱਚ ਜਿਸ ਇਨਰਲ ਬਾਡੀ ਦੇ ਵਿੱਚ ਪਰਮਾਤਮਾ ਬੈਠ ਜਾਂਦਾ ਹੈ ਫਿਰ ਉੱਥੇ ਜਮ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਓ ਕਿਉਂ ਕਿਉਂਕਿ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਨ ਲੱਗ ਪੈਂਦਾ ਹੈ ਪ੍ਰਾਣੀ ਤੇ ਫਿਰ ਕੀ ਹੁੰਦਾ ਹੈ ਜਮ ਕੰਕਰ ਜਿਹੜੇ ਜਮ ਹਨ ਜਮਦੂਤ ਹਨ ਕਹਿੰਦੇ ਲਾਗੇ ਨਹੀਂ ਆਉਂਦੇ ਹਣਾ ਹੂਣਾ ਤੂੰ ਨਾ ਛੁਟੇ ਨਿਕਟ ਨਾ ਜਾਈ ਉਹ ਦੂਤ ਗੁਰਬਾਣੀ ਕਹਿੰਦੀ ਚ ਜਮਦੂਤ ਡਰਦੇ ਆ ਕਿ ਜੇ ਮੈਂ ਐਸੇ ਭਜਨ ਵਾਲੇ ਬੰਦਗੀ ਦੇ ਲਾਗੇ ਚਲੇ ਜਾਵਾਂ ਨਾ ਉਹਨੇ ਮੈਨੂੰ ਫੜ ਲੈਣਾ ਮੈਂ ਨਹੀਂ ਛੁਟਣਾ ਜਮਦੂਤ ਡਰਦੇ ਫਿਰ ਲਾਗੇ ਜਾਣ ਲੱਗਿਆਂ ਕਹਿੰਦੇ ਨਾ ਐਸੀ ਨਹੀਂ ਜਾਣਾ ਉਹ ਦੂਰੋਂ ਹੀ ਭੱਜ ਜਾਂਦੇ ਕੰਨੀ ਖਸਕਾ ਜਾਂਦੇ ਆ ਤੇ ਜਾ ਕੇ ਆਪੇ ਬੇਨਤੀ ਕਰਦੇ ਸਤਿਗੁਰੂ ਜੀ ਅਸੀਂ ਉਸ ਪ੍ਰਾਣੀ ਨੂੰ ਲੈ ਕੇ ਨਹੀਂ ਆ ਸਕਦੇ ਤੁਸੀਂ ਆਪੇ ਕਿਰਪਾ ਕਰੋ ਉਹਦੇ சுவாਸ ਪੂਰੀ ਹੋ ਗਏ ਜਮ ਕੰਕਰ ਨੇੜ ਨਾ ਆਵੇ ਜਿਹੜੇ ਜਮ ਆ ਜਿਹੜੇ ਮਾਰ ਕੇ ਲੈ ਜਾਂਦੇ ਹਨ ਉਹ ਲੱਗੇ ਆਉਂਦੇ ਨਹੀਂ ਬੰਦੇ ਦੇ ਕਿਉਂ ਕਿਉਂਕਿ சுவாਸ சுவாਸ ਅराधना ਸ਼ੁਰੂ ਕਰ ਦਿੰਦਾ ਹੈ ਪਰਮਾਤਮਾ ਦੀ ਬੰਦਗੀ ਕਰਨਾ ਸ਼ੁਰੂ ਕਰ ਦਿੰਦਾ ਹੈ ਐਸਾ ਸ਼ਕਤੀ ਹੈ ਐਸੀ ਪਰਮ ਸ਼ਕਤੀ ਇਸ ਨਾਮ ਦੇ ਵਿੱਚ ਤੇ ਨਾਮ ਜਪਣਾ ਬੜਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਅਗਲੀ ਪੰਕਤੀ ਵਿੱਚ ਸਤਿਗੁਰੂ ਦੱਸਦੇ ਹਨ seva surt na janian na ja pae aa rad oot teri jag jeevan mere thakur agm agaad satgurus ji is pankti vich duniyavi gallan dasde han duniya de lokan di gallan satgur apne aap nu mukhadab karke na vaise te satgur ji aap naam japiye han rasna de dhani han ਰਸੀਆਂ ਹਨ ਨਾਮ ਰਸੀਆਂ ਸਤਗੁਰੂ ਜੀ ਜਪਦੇ ਹਨ ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਕਿਉਂਕਿ ਆਪ ਵੀ ਜਪਦੇ ਹਨ ਪਰ ਸਤਗੁਰੂ ਜੀ ਆਪਣੇ ਤੇ ਗੱਲ ਲੈ ਕੇ ਲੋਕਾਂ ਦੀ ਗੱਲ ਦੱਸ ਰਿਹਾ ਹਨ ਸਤਗੁਰੂ ਕਹਿੰਦੇ ਹਨ ਸੇਵਾ ਸੁਰਤ ਨਾ ਜਾਣੀ ਆ ਨਾ ਜਾਪਿਆ ਆਰਾਧ ਕਹਿੰਦੇ ਨਾ ਸੇਵਾ ਦਾ ਪਤਾ ਹੈ ਬੰਦੇ ਨੂੰ ਕੁਝ ਨਹੀਂ ਪਤਾ ਸੇਵਾ ਦੀ ਸਮਝ ਨਹੀਂ ਹੈ ਤੇ ਨਾ ਇਹ ਕਹਿੰਦੇ ਜਪਣ ਦਾ ਪਤਾ ਹੈ ਨਾਮ ਕਿਦਾਂ ਜਪਣਾ ਨਾਮ ਕਿਦਣਾ ਆਰਾਧਣਾ ਤੇ ਨਾ ਸੇਵਾ ਦੀ ਸੋਚ ਹੈ ਕਿ ਸੇਵਾ ਕਿਦਾਂ ਕਰਨੀ ਆਪਾਂ ਵੇਖਦੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਆਮ ਕਰਕੇ ਆਪਾਂ ਵੇਖਦੇ ਆਂ ਆਮ ਕਰਕੇ ਘਟਨਾ ਆ ਜਾਂਦੀ ਸਾਹਮਣੇ ਭਾਂਡੇ ਮਾਂਜਣ ਵਾਲੇ ਨਾ ਇੱਕ ਦੂਜੇ ਨੂੰ ਬੰਦੇ ਨੂੰ ਮਾਂਜਣ ਲੱਗ ਪੈਂਦੇ ਜੇ ਝਗੜਾ ਹੋ ਜਾਂਦਾ ਮੈਂ ਇੱਥੇ ਰੋਜ਼ ਸੇਵਾ ਕਰਦਾ ਤੂੰ ਕਿਉਂ ਇੱਥੇ ਆ ਗਿਆ ਵੇਖ ਲਿਓ ਤੁਸੀਂ ਜਾ ਕੇ ਜਿਹੜੇ ਜੋੜੇ ਸਾਫ਼ ਕਰਨ ਵਾਲੇ ਹੁੰਦੇ ਆ ਨਾ ਉਹ ਆਪਸ ਵਿੱਚ ਲੜਨ ਲੱਗ ਪੈਂਦੇ ਆ ਮੈਂ ਇੱਥੇ ਜੋੜੇ ਰੱਖਦਾ ਹਾਂ ਰੋਜ਼ ਰੋਜ਼ ਮੇਰਾ ਨੰਬਰ ਇੱਥੇ ਤੇ ਚੌਰ ਸਾਬ ਕਰਨ ਵਾਲੇ ਲੜਨ ਲੱਗ ਪੈਂਦੇ ਆ ਕਿ ਗੁਰਦੁਆਰਿਆਂ ਦੇ ਵਿੱਚ ਨਹੀਂ ਜੀ ਮੈਂ ਇਥੇ ਰੋ ਚੌਰ ਸਾਬ ਕਰਦਾ ਅੱਜ ਇੱਕ ਨਵਾਂ ਸਿੰਘ ਕਿਹੜਾ ਆ ਗਿਆ ਤੇ ਸਤਿਗੁਰ ਜੀ ਤੇ ਦੱਸਦੇ ਹਨ ਵੈਸੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਸਤਿਗੁਰ ਕਹਿੰਦੇ ਉਹ ਸੇਵਾ ਕੀਤੀ ਸਫਲ ਹੈ ਸਫਲ ਹੈ ਕਿਹੜੀ ਜਿਸ ਇਨਸਾਨ ਦਾ ਮਨ ਮੰਨ ਗਿਆ ਕਿ ਪ੍ਰਮਾਤਮਾ ਹੈ ਜਿਸ ਇਨਸਾਨ ਦਾ ਮਨ ਅੰਦਰੋਂ ਸੇਵਾ ਕਰਨ ਲੱਗ ਪਿਆ ਉਦੀ ਸੇਵਾ ਕੀਤੀ ਸਫਲ ਹੈ ਇਹ ਨਹੀਂ ਕਿ ਹਰ ਕੋਈ ਬੰਦਾ ਸੇਵਾ ਕਰ ਰਿਹਾ ਹੈ ਤੇ ਉਦੀ ਸਫਲ ਹੈ ਵੈਸੇ ਮੈਂ ਇਹ ਨਹੀਂ ਤੁਹਾਨੂੰ ਕਹਿ ਰਿਹਾ ਕਿ ਸੇਵਾ ਨਹੀਂ ਕਰਨੀ ਸੇਵਾ ਕਰਨੀ ਹੈ ਕਿਉਂਕਿ ਜੇ ਆਪਾਂ ਨਵਾਂ ਨਵਾਂ ਬੱਚਾ ਸਕੂਲੇ ਆਉਂਦਾ ਹੈ ਤੇ ਆਪਾਂ ਨੂੰ ਇਹ ਥੋੜੀ ਕਿੰਨੇ ਕਿ ਪਹਿਲਾਂ ਆਉਂਦੇ ਆ ਬੀਏ ਦੀ ਪੜ੍ਹਾਈ ਪੜਾਉਣ ਲੱਗ ਪੈਨੇ ਆ ਜਾਂ ਐਮਏ ਦੀ ਸਟੱਡੀ ਕਰਾਉਣ ਲੱਗ ਪੈਨੇ ਨਹੀਂ ਉਹ ਫਰਸਟ ਕਲਾਸ ਤੋਂ ਨਰਸਰੀ ਤੋਂ ਸ਼ੁਰੂ ਹੁੰਦਾ ਹੈ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਹੋਣਾ ਹੈ ਕਰਦੇ 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 ਇਨਸਾਨ ਨੂੰ ਸਮਝਾਉਂਦੀ ਅੱਛਾ ਸੇਵਾ ਆ ਵਾ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਇਨਸਾਨ ਜਵਾਨੀ ਵਿੱਚ ਆਉਂਦਾ ਤੇ ਬਜ਼ੁਰਗੀ ਵਿੱਚ ਚਲੇ ਜਾਂਦਾ ਹੈ 20 25 ਸਾਲ ਹੋ ਜਾਂਦੇ ਸੇਵਾ ਕਰਦੇ ਨੇ ਪਰ ਸਮਝ ਨਹੀਂ ਆਉਂਦੀ ਫਿਰ ਵੀ ਅੰਦਰੋਂ ਈਰਖਾ ਨਹੀਂ ਜਾਂਦੀ ਫਿਰ ਵੀ ਅੰਦਰੋਂ ਚੁਗਲੀ ਵਾਲੀ ਚੀਜ਼ ਜਾਂਦੀ ਨਹੀਂ ਹੈ ਫਿਰ ਵੀ ਅੰਦਰੋਂ ਹਉਮੇ ਹੰਕਾਰ ਨਹੀਂ ਜਾਂਦਾ ਆਪਣੀ ਨੱਕ ਰੱਖਣ ਨੂੰ ਬੰਦਾ ਪਤਾ ਨਹੀਂ ਕੀ ਕੁਸ਼ ਕਰਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਨਾ ਸੇਵਾ ਦੀ ਸਮਝ ਹੈ ਲੋਕਾਂ ਨੂੰ ਤੇ ਨਾਂ ਜਪਣ ਦੀ ਇਰਾਦਨਾ ਦੀ ਸਮਝ ਹੈ ਲੋਕਾਂ ਨੂੰ ਨਾ ਨਾਮ ਜਪਦੇ ਹਨ ਤੇ ਨਾ ਹੀ ਸੇਵਾ ਨੂੰ ਸੇਵਾ ਦੀ ਸੋਝੀ ਹੈ ਨਾਮ ਕਿਦਾਂ ਜਪਣਾ ਹੁਣ ਕਈ ਤਾਂ ਮੰਤਰ ਦਿੰਦੇ ਕੰਨਾਂ ਦੇ ਵਿੱਚ ਦੇਖਦੇ ਨਾ ਆਪਾਂ ਅੱਜ ਕੱਲ ਬੜੇ ਵੀ ਇਸ ਤਰ੍ਹਾਂ ਦੇ ਵੀ ਆਏ ਹਨ ਕੰਨਾਂ ਵਿੱਚ ਮੰਤਰ ਦਿੰਦੇ ਹਨ ਪਰ ਸਤਿਗੁਰੂ ਜੀ ਨੇ ਆਪ ਹੀ ਖੁੱਲ੍ਹੇ ਹਮਕਾਇਦ ਦਿੱਤਾ ਹੈ ਗੁਰਬਾਣੀ ਵਿੱਚ ਲਿਖਿਆ ਭਾਈ ਗੁਰਦਾਸ ਜੀ ਨੇ ਇਹਦਾ ਬਿਆਨ ਕੀਤਾ ਹੈ ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੁਈ ਕਿਆ ਦੁਨੀਆ ਦੇ ਲੋਕੋ ਵਾਹਿਗੁਰੂ ਗੁਰੂ ਮੰਤਰ ਹੈ ਕਿੱਧਰ ਤੁਰੇ ਫਿਰਦੇ ਜੇ ਇਹਨੂੰ ਜਪ ਲੋ ਤੁਹਾਡੀ ਹਉਮੈ ਦੂਰ ਹੋ ਜਾਵੇਗੀ ਵਾਹਿਗੁਰੂ ਗੁਰੂ ਮੰਤਰ ਕੰਨਾਂ 'ਚ ਤੇ ਦਿੱਤਾ ਨੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੇ ਤੇ ਸ਼ਰੇ ਆਮ ਖੁੱਲੇ ਆਵੇਂ ਕਹਿਆ ਆ ਪ੍ਰਮਾਤਮਾ ਦੀ ਬੰਦਗੀ ਆ ਪ੍ਰਮਾਤਮਾ ਦਾ ਨਾਮ ਹੈ ਤੇ ਸਤਗੁਰੂ ਜੀ ਤੇ ਇੱਥੋਂ ਤੱਕ ਕਹਿ ਦਿੱਤਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਬਲਿਹਾਰੇ ਜਾਉ ਜੀਤੇ ਤੇਰੇ ਨਾਮ ਹੈ ਸਤਗੁਰ ਕਹਿੰਦੇ ਮੈਂ ਸਦਕੇ ਜਾਨਾ ਵਾਰੇ ਵਾਰੇ ਜਾਨਾ ਜਿੰਨੇ ਵੀ ਪ੍ਰਮਾਤਮਾ ਤੇਰੇ ਨਾਮ ਹਨ ਕੋਈ ਵਾਹਿਗੁਰੂ ਜਪੇ ਤੰ ਹੈ ਕੋਈ ਅੱਲਾਹੂ ਜਪੇ ਉਹ ਵੀ ਤੰ ਹੈ ਕੋਈ ਰਾਮ ਰਾਮ ਜਪੇ ਉਹ ਵੀ ਤੰ ਹੈ ਕੋਈ ਬੀਠੂਲ ਜਪੇ ਉਹ ਵੀ ਤੰ ਹੈ ਜੋ ਵੀ ਜਪੇ ਸਹੀ ਉਹਦਾ ਨਾਮ ਸਮਝ ਕੇ ਕਿ ਮੈਂ ਪ੍ਰਮਾਤਮਾ ਦੀ ਬੰਦਗੀ ਕਰਦੇ ਹਾਂ ਪਰ ਸਤਗੁਰ ਕਹਿੰਦੇ ਐਸੀ ਸਮਝ ਨਹੀਂ ਹੈ ਤੇ ਸਤਗੁਰ ਕਹਿੰਦੇ ਆਪਾਂ ਤਾਂ ਫਿਰ ਇੱਕੋ ਹੀ ਨਾ ਮਨ ਨੂੰ ਸਮਝੇ ਸਤਗੁਰ ਕਹਿੰਦੇ ਨਾ ਲੋਕਾਂ ਨੂੰ ਸਮਝੇ ਸਤਗੁਰ ਆਪਨੇ ਤੇ ਗੱਲ ਲੈ ਰਹੇ ਹਨ ਸਤਿਗੁਰ ਕਹਿੰਦੇ ਆਪਾਂ ਤੇ ਸਿਰਫ ਤੇਰੇ ਤੇ ਓਟ ਰੱਖੀ ਐ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗੰਮ ਅਗਾਧ ਸਤਿਗੁਰ ਕਹਿੰਦੇ ਅਸੀਂ ਤੇ ਤੇਰੀ ਓਟ ਦੇ ਨਾਲ ਤੇਰੇ ਆਸਰੇ ਦੇ ਨਾਲ ਅਸੀਂ ਜੀ ਰਹੇ ਹਾਂ ਬਸ ਅਸੀਂ ਸਾਰੀ ਡੋਰੀ ਤੇਰੇ ਉੱਤੇ ਸੁੱਟ ਦਿੱਤੀ ਐ ਕਿਉਂ ਕਿਉਂਕਿ ਤੂੰ ਅਗੰਮ ਐ ਅਗੰਮ ਐ ਤੇਰੇ ਤੇ ਕੋਈ ਪਹੁੰਚ ਨਹੀਂ ਕਰ ਸਕਦਾ ਤੂੰ ਐਡਾ ਵੱਡਾ ਐ ਐਡਾ ਵਿਸ਼ਾਲ ਐ ਐਡਾ ਡੂੰਗਾ ਐ ਨਾ ਤੂੰ ਮਣਿਆ ਜਾ ਸਕਦਾ ਨਾ ਤਰੀ ਡੁੰਗਾਈ ਨਾਪੀ ਜਾ ਸਕਦੀ ਨਾ ਤੂੰ ਕਿੱਡਾ ਵੱਡਾ ਉੱਚਾ ਹੈ ਪਤਾ ਨਹੀਂ ਕਿਸੇ ਨੂੰ ਤੂੰ ਅਗੰਮ ਹੈ ਤੇ ਅਗਾਹ ਦੇ ਅਥਾ ਹੈ ਅਥਾ ਸਾਗਰ ਹੈ ਸਤਿਗੁਰ ਜੀ ਤੇਰਾ ਕਿਸੇ ਨੂੰ ਨਹੀਂ ਪਤਾ ਇਸ ਕਰਕੇ ਸਾਨੂੰ ਨਾ ਤੇ ਸੇਵਾ ਦੀ ਸਮਝ ਆਉਂਦੀ ਹੈ ਸਤਿਗੁਰ ਕਹਿੰਦੇ ਨਾ ਸਾਨੂੰ ਨਾਮ ਜਪਣ ਦਾ ਪਤਾ ਹੈ ਅਸੀਂ ਤਾਂ ਸਿਰਫ ਤੇਰੇ ਤੇ ਓਟ ਰੱਖੀ ਤੇਰੇ ਤੇ ਆਸਰਾ ਰੱਖਿਆ ਤੂੰ ਹੀ ਸਾਨੂੰ ਸਿਖਾ ਸੇਵਾ ਕਿੱਦਾਂ ਕਰਨੀ ਹੈ ਤੇ ਨਾਮ ਕਿੱਦਾਂ ਜਪਣਾ ਨਾਮ ਕਿੱਦਾਂ ਰਾਧਣਾ ਤੇ ਜਿਹੜਾ ਇਨਸਾਨ ਇਸ ਤਰ੍ਹਾਂ ਸਾਰੀ ਡੋਰੀ ਪਰਮਾਤਮਾ ਤੇ ਸੁੱਟ ਦਿੰਦਾ ਹੈ ਨਾ ਫਿਰ ਸਤਿਗੁਰੂ ਜੀ ਦੀ ਝੋਲੀ ਭਰ ਦਿੰਦੇ ਆ ਕਿਉਂਕਿ ਸਤਿਗੁਰੂ ਨੂੰ ਪਤਾ ਹੈ ਸਤਿਗੁਰੂ ਨੂੰ ਪਤਾ ਹੈ ਕਿ ਇਹਨੇ ਹੁਣ ਸਾਰੀ ਊਠ ਸਾਰੀ ਜੀ ਡੋਰੀ ਹੈ ਨਾ ਮੇਰੇ ਤੇ ਸੁੱਟ ਦਿੱਤੀ ਹੈ ਹੁਣ ਮੈਂ ਆਪੇ ਦੀ ਪ੍ਰਵਾਹ ਕਰੂੰਗਾ ਤੇ ਜਿਹੜਾ ਕਹਿੰਦਾ ਨਹੀਂ ਮੈਂ ਸਿਆਣਾ ਮੈਂ ਸੂਝਵਾਨ ਹੈ ਮੈਨੂੰ ਪਤਾ ਹੈ ਕਿਦਾਂ ਨਾਮ ਜਪਣਾ ਤੇ ਕਿਦਾਂ ਸੇਵਾ ਕਰਨੀ ਫਿਰ ਸਤਿਗੁਰੂ ਕਹਿੰਦੇ ਇਹ ਸਿਆਣਾ ਇਹਨੂੰ ਪੁੱਛੋ ਇਹਨੂੰ ਹੀ ਪੁੱਛੋ ਤੇ ਜਿਹੜਾ ਓਟ ਸੁੱਟ ਦਿੰਦਾ ਹੈ ਸਤਿਗੁਰੂ ਜੀ ਮਨ ਨੂੰ ਨਹੀਂ ਪਤਾ ਵਾਹਿਗੁਰੂ ਕਿਦਾਂ ਜਪਣਾ ਹੈ ਸੇਵਾ ਕਿਦਾਂ ਕਰਨੀ ਤੂੰ ਸੇਵਾ ਕਰਾਲੇ ਤੇ ਕਰ ਲਾਂਗੇ ਤੂੰ ਨਾਮ ਜਪਾਣੇ ਤੇ ਜਪ ਲਾਂਗੇ ਤੇ ਫਿਰ ਸਤਿਗੁਰਜ ਕੀ ਕਰਦੇ ਹਨ ਸਤਿਗੁਰੂ ਜੀ ਫਿਰ ਉਹਨੂੰ ਗਲ ਵਕੜੀ ਵਿੱਚ ਲੈਂਦੇ ਹਨ ਫਿਰ ਸਤਿਗੁਰੂ ਜੀ ਉਹਦਾ ਵਿਸ਼ਾਲ ਹਿਰਦਾ ਕਰ ਦਿੰਦੇ ਹਨ ਕਿਉਂ ਕਿਉਂਕਿ ਉਹ ਨੀਵਾ ਹੋ ਗਿਆ ਹੈ ਤੇ ਆਪਾਂ ਦੇਖਦੇ ਆ ਨਾ ਆਪਾਂ ਕਿਸੇ ਦਰਖਤ ਨੂੰ ਵੇਖੀਏ ਮੰਨ ਲਓ ਸੇਬਾਂ ਦੇ ਦਰਖਤ ਨੂੰ ਦੇਖ ਲਈਏ ਜਾਂ ਬੇਰ ਦੇ ਦਰਖਤ ਨੂੰ ਦੇਖ ਲਈਏ ਕਿਸੇ ਨੂੰ ਵੀ ਜਿਸੇ ਟਾਣੀ ਨੂੰ ਫਲ ਲੱਗਾ ਹੁੰਦਾ ਨਾ ਉਹ ਟਾਣੀ ਝੁਕੀ ਹੁੰਦੀ ਹੈ ਪੂਰੀ ਤੇ ਜਿਸ ਟਾਣੀ ਨੂੰ ਫਲ ਨਹੀਂ ਲੱਗਾ ਹੁੰਦਾ ਉਹ ਟਾਣੀ ਐ ਆਕੜ ਕੇ ਤਾਂ ਖੜੀ ਹੁੰਦੀ ਐ ਜੇ ਝੁਕਾਂਗੇ ਫਲ ਲੱਗ ਜਾਵੇਗਾ ਉਹ ਵੀ ਮਿੱਠਾ ਰਸੀਲਾ ਤੇ ਜੇ ਨਹੀਂ ਤੇ ਫਿਰ ਆਕੜ ਵਾਂਗੂ ਸਿੱਧੀ ਹੋ ਜਾਵਾਂਗੇ ਸਤਗੁਰੂ ਜੀ ਇਹ ਇਸ ਪੰਕਤੀ ਵਿੱਚ ਦੱਸ ਰਹੇ ਹਨ ਅਗਲੀ ਪੰਕਤੀ ਵਿੱਚ ਸਤਗੁਰੂ ਜੀ ਦੱਸਦੇ ਹਨ ਭਾਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤਤੀ ਵਾਹ ਨਾ ਲੱਗ ਗਈ ਸਤਗੁਰ ਰੱਖੇ ਆਪ ਸਤਗੁਰ ਕਹਿੰਦੇ ਫਿਰ ਜੇ ਅਸੀਂ ਤੇਰੇ ਤੇ ਓਟ ਕਰ ਲਈ ਤੇਰਾ ਤੇ ਆਸਰਾ ਤੇਰਾ ਹੀ ਟੱਕ ਲਿਆ ਫਿਰ ਕੀ ਐ ਫਿਰ ਸਤਗੁਰ ਜੀ ਕਹਿੰਦੇ ਉਹ ਪਰਮਾਤਮਾ ਜਿਹੜਾ ਨਾ ਕਿਰਪਾਲੂ ਹੋ ਜਾਂਦਾ ਹੈ ਕਿਉਂਕਿ ਵੈਸੇ ਕਿਰਪਾਲੂ ਵੈਸੇ ਦਿਆਲੂ ਆ ਇੱਕ ਵਾਰੀ ਉਹਦੀ ਸ਼ਰਨ ਵਿੱਚ ਕੋਈ ਜਾਵੇ ਉਹ ਤੇ ਜਿਹੜੇ ਨਾਸਤਿਕ ਬੰਦੇ ਆ ਨਾ ਜਿਹੜੇ ਚੋਰ ਆ ਜਿਹੜੇ ਠੱਗ ਆ ਉਹ ਉਹਨਾਂ ਨੂੰ ਵੀ ਖਾਣਾ ਪੀਣਾ ਦੇ ਰਿਹਾ ਏ ਅਕਿਰਤਕਣਾ ਨੋਪਾਲ ਦਾ ਉਹ ਤੇ ਅਕਿਰਤਕਣ ਜੜੇ ਹੁੰਦੇ ਆ ਨਾ ਜਿਸ ਥਾਲੀ ਵਿੱਚ ਖਾਂਦੇ ਹਨ ਉਸ ਥਾਲੀ ਵਿੱਚ ਜਿਹੜੇ ਸ਼ੇਕ ਕਰਦੇ ਹਨ ਕਹਿੰਦੇ ਕਿ ਉਹਨਾਂ ਨੂੰ ਵੀ ਦੇ ਰਿਹਾ ਸਤਗੁਰੂ ਜੀ ਤੇ ਐਸਾ ਕਿਰਪਾਲੂ ਤੇ ਜਦੋਂ ਇਸ ਤਰ੍ਹਾਂ ਕਰਦੇ ਆ ਫਿਰ ਕੀ ਹੁੰਦਾ ਹੈ ਕਹਿੰਦੇ ਕਿ ਸਤਗੁਰੂ ਜੀ ਕਿਰਪਾਲੂ ਗੁਸਾਈਂ ਐਸੀ ਕਿਰਪਾ ਕਰਦਾ ਉਸ ਇਨਸਾਨ ਦੀ ਸਾਰੇ ਰੋਗ ਸਾਰੇ ਦੁੱਖ ਸਾਰੇ ਕਲੇਸ਼ ਸਾਰੇ ਸੰਤਾਪ ਦੂਰ ਕਰ ਦਿੰਦਾ ਹੈ ਦੁੱਖ ਆਪਣੇ ਕੋਲ ਲੈ ਲੈਂਦਾ ਹੈ ਰੱਬ ਤੇ ਸੋਖੋ ਦੀ ਝੋਲੀ ਵਿੱਚ ਪਾ ਦਿੰਦਾ ਹੈ ਤੇ ਐਸੀ ਕਿਰਪਾ ਕਰ ਦਿੰਦਾ 33 ਵਾਉ ਨਾ ਲੱਗਈ ਸਤਿਗੁਰੂ ਰੱਖੇ ਆਪ ਐਸੀ ਕਿਰਪਾ ਕਰਦਾ ਉਸ ਬੰਦੇ ਤੇ ਜਿਹੜਾ ਸਾਰੀ ਊਠ ਸਾਰੀ ਡੋਰੀ ਪ੍ਰਮਾਤਮਾ ਤੇ ਸੁੱਟ ਦਿੰਦਾ ਏ ਉਹਨੂੰ 33 ਵਾਉ ਨਹੀਂ ਲੱਗਣ ਦਿੰਦਾ 33 ਵਾਉ ਵੇ ਆਪਾਂ ਵੇਖਦੇ ਨਾ ਆਪਾਂ ਇਤਿਹਾਸ ਵੀ ਪੜਿਆ ਪ੍ਰਹਿਲਾਦ ਹੋਇਆ ਭਗਤ ਪ੍ਰਹਿਲਾਦ ਉਹਨੇ ਊਠ ਸੁੱਟੀ ਸੀ ਡੋਰੀ ਸੁੱਟੀ ਸੀ ਰੱਬ ਤੇ ਬਸ ਉਹਦੇ ਪਿਤਾ ਜਿਹੜਾ ਹਰਨਾਕ ਸੀ ਕਹਿੰਦਾ ਕਿ ਤੂੰ ਬੋਲ ਕਿ ਮੈਂ ਹੀ ਰੱਬ ਹਾਂ ਮੇਰੀ ਬੰਦਗੀ ਕਰ ਪਰ ਉਹ ਕਹਿੰਦਾ ਨਹੀਂ ਮੈਂ ਤਾਂ ਇੱਕ ਪਰਮਾਤਮਾ ਦੀ ਬੰਦਗੀ ਕਰੂੰਗਾ ਮੈਂ ਤਾਂ ਰਾਮ ਰਾਮ ਹੀ ਜਪੂਗਾ ਬਸ ਮੈਂ ਤੇ ਉੱਤੇ ਹੀ ਓਟ ਸੁੱਟੀ ਐ ਉਹਨੇ ਬੜਾ ਕੁਛ ਮਾਰਨ ਦੀ ਕੋਸ਼ਿਸ਼ ਕੀਤੀ ਇੱਕ ਬੜਾ ਜਿਹੜਾ ਥਮ ਸੀ ਉਹਨੂੰ ਲਾਓ ਲੋ ਲੱਖਾ ਕਰਕੇ ਬੜਾ ਗਰਮ ਕਰਕੇ ਕਹਿੰਦਾ ਇਹਨੂੰ ਜਫੀ ਪਾ ਉਹਨੇ ਵੇਖਿਆ ਕਿ ਜਫੀ ਪਾਲੀ ਕੋਈ ਮੈਂ ਓਟ ਸੁੱਟੀ ਡੂਰੀ ਸੁੱਟੀ ਰੱਬ ਤੇ ਉਹਨੇ ਵੇਖਿਆ ਕੀੜੀ ਤੁਰ ਜਾਂਦੀ ਐ ਕਹਿੰਦਾ ਜੇ ਕੀੜੀ ਨੂੰ ਰੱਬ ਬਚਾ ਸਕਦਾ ਮੈਨੂੰ ਨਹੀਂ ਬਚਾ ਸਕਦਾ ਉਹਨੇ ਜਫੀ ਪਾਲੀ ਪ੍ਰਹਿਲਾਦ ਨੇ ਭਗਤ ਪ੍ਰਹਿਲਾਦ ਜੀ ਨੇ ਉਹ ਰਕ ਥੰਮ ਸੀ ਉਹ ਠੰਡਾ ਹੋ ਗਿਆ ਫਿਰ ਉਹਦੀ ਭੂਆ ਜਿੰਨੂੰ ਇੱਕ ਵਰ ਸੀ ਕਿ ਕੋਈ ਐਸੀ ਇੱਕ ਚਾਦਰ ਸੀ ਐਸਾ ਇੱਕ ਸ਼ਾਲ ਸੀ ਉਹ ਅੱਗ ਦੇ ਵਿੱਚ ਬਹਿ ਜयो ਸ਼ਾਲ ਲਪੇਟ ਕੇ ਤੇ ਕੀ ਹੁੰਦਾ ਉਹਨੂੰ ਅੱਗ ਨਹੀਂ ਲੱਗਦੀ ਸੀ ਉਹ ਆਪਣੇ ਪ੍ਰਹਿਲਾਦ ਨੂੰ ਗੋਦੀ ਵਿੱਚ ਬਹਿ ਕੇ ਬੈਠ ਗਈ ਤੇ ਆਪ ਉਹਨੇ ਸ਼ਾਲ ਲੈ ਲਿਆ ਜਿੰਨੂੰ ਨੂੰ ਵਰ ਦਿੱਤਾ ਸੀ ਕਿ ਉਹਨੂੰ ਅੱਗ ਨਹੀਂ ਲੱਗ ਸਕਦੀ ਪ੍ਰਹਿਲਾਦ ਨੂੰ ਉਦਾਂ ਬਿਠਾ ਲਿਆ ਤੇ ਅੱਗ ਲਾ ਦੱਤੀ ਉਹਨੂੰ ਤੇ ਕੀ ਹੋਇਆ ਉਹ ਜਿਹੜਾ ਸ਼ਾਲ ਸੀ ਉੱਡ ਕੇ ਪ੍ਰਹਿਲਾਦ ਉੱਤੇ ਪੈ ਗਿਆ ਉਦੀ ਭੂਆ ਛੜ ਗਈ ਤੇ ਪ੍ਰਹਿਲਾਦ ਬਚ ਗਿਆ ਤਤੀਵਾ ਉਹ ਨ ਲੱਗ ਗਏ ਸਤਿਗੁਰੂ ਰੱਖੇ ਆਪ ਕਿਉਂ ਕਿਉਂਕਿ ਸਾਰਾ ਆਸਰਾ ਸਾਰੀ ਊਟ ਸਾਰੀ ਡੋਰੀ ਭਗਤ ਪ੍ਰਹਿਲਾਦ ਨੇ ਰੱਬ ਤੇ ਛੁੱਟੀ ਸੀ ਆਪਾਂ ਵੀ ਛੁੱਟ ਲਈਏ ਨਾ ਆਪਾਂ ਵੀ ਦੁੱਖਾਂ ਤੋਂ ਦੂਰ ਹੋ ਸਕਦੇ ਹਾਂ ਸਾਨੂੰ ਵੀ ਤਤੀਵਾ ਨਹੀਂ ਲੱਗ ਸਕਦੀ ਜਿੰਨੇ ਮਰਜੀ ਕੋਈ ਸਾਡੇ ਤੇ ਜਾਦੂ ਟੂਣੇ ਕਰ ਲਵੇ ਜਿੰਨੇ ਮਰਜੀ ਸਾਡੇ ਤੇ ਕੋਈ ਇਹੋ ਜਿਹੇ ਪੁੱਠੇ ਕੰਮ ਕਰ ਲਵੇ ਚਲੇ ਜਾਵੇ ਕੁਝ ਨਹੀਂ ਹੋ ਸਕਦਾ ਬਸ਼ਰਤ ਦੇ ਆਪਾਂ ਨਾਮ ਜਪੀਏ ਉਤੇ ਓਟ ਆਸਰਾ ਰੱਖੀਏ ਫਿਰ ਤਤੀਵਾਉ ਨਹੀਂ ਲੱਗੇਗੀ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕੁਛ ਪਾਇਆ ਜਨ ਨਾਨਕ ਸਦ ਬਲਿਹਾਰ ਇਹ ਅੰਤਲੀਆਂ ਪੰਕਤੀਆਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਇਸ ਸ਼ਬਦ ਦੀਆਂ ਸਤਗੁਰ ਕਹਿੰਦੇ ਆ ਇਹ ਜਿਹੜਾ ਗੁਰੂ ਹੈ ਨਾ ਗੁਰੂ ਨਾਰਾਇਣ ਹੈ ਤੁਹਾਨੂੰ ਮੈਂ ਕਿਉਂ ਕਹਿ ਰਿਹਾ ਪਰਮਾਤਮਾ ਦਾ ਗੁਰੂ ਦਾ ਨਾਮ ਜਪੋ ਕਿਉਂ ਕਿਉਂਕਿ ਗੁਰੂ ਨਾਰਾਇਣ ਹੈ ਗੁਰ ਪਰਮੇਸ਼ਰ ਇੱਕੋ ਜਾਣ ਨਾਰਾਇਣ ਕੌਣ ਹੈ ਨਾਰਾਇਣ ਦਾ ਰੂਪ ਹੈ ਪਰਮਾਤਮਾ ਦਾ ਰੂਪ ਹੀ ਹੈ ਗੁਰੂ ਗੁਰੂ ਤੇ ਪਰਮਾਤਮਾ ਇੱਕੋ ਹੀ ਹੈ ਜਿਵੇਂ ਇੱਕ ਦਰਵਾਜ਼ਾ ਹੁੰਦਾ ਹੈ ਇੱਕ ਘਰ ਹੁੰਦਾ ਹੈ ਇੱਕ ਦਰ ਹੁੰਦਾ ਹੈ ਇੱਕ ਘਰ ਹੁੰਦਾ ਹੈ ਆਪਾਂ ਪੜਦੇ ਨਾ ਰੋਜ਼ ਸੋ ਦਰ ਕਿਹਾ ਸੋ ਘਰ ਕਿਹਾ ਜਿੱਤ ਬਹਿ ਸਰਬ ਸੰਭਾਲੀ ਉਹ ਦਰ ਕਿਹਸਾ ਹੈ ਉਹ ਦਰਵਾਜਾ ਕਿਹਸਾ ਹੈ ਜਿੱਤੋਂ ਲੰਘ ਕੇ ਜਾਣਾ ਹੈ ਤੋ ਘਰ ਕਿਹਸਾ ਹੈ ਜਿਹਦੇ ਵਿੱਚ ਬੈਠ ਕੇ ਪਰਮਾਤਮਾ ਸਾਰਿਆਂ ਦੀ ਸੰਭਾਲ ਕਰਦਾ ਹੈ ਦਰ ਗੁਰੂ ਹੈ ਤੇ ਘਰ ਪਰਮਾਤਮਾ ਹੈ ਦੋਵੇਂ ਇੱਕੋ ਹੀ ਨੇ ਦੋਵੇਂ ਗੁਰੂ ਪਰਮਾਤਮਾ ਤੇ ਪਰਮਾਤਮਾ ਗੁਰੂ ਹੈ ਸਤਗੁਰ ਕਹਿੰਦੇ ਗੁਰਨਾਰਾਇਣ ਦਇਓ ਗੁਰ ਤੇ ਸਤਗੁਰ ਕਹਿੰਦੇ ਜਿਹੜਾ ਪਿਆਰ ਕਰਨ ਵਾਲਾ ਪ੍ਰਭੂ ਹੈ ਨਾ ਉਹ ਵੀ ਪ੍ਰਮਾਤਮਾ ਉਹ ਵੀ ਗੁਰੂ ਆਪ ਹੀ ਹੈ ਬੜਾ ਪਿਆਰ ਕਰਦਾ ਹੈ ਬੜਾ ਮਿੱਠ ਬੂਲੜਾ ਜੀ ਹਰ ਸੱਜਣ ਸਵਾਮੀ ਮੋਰਾ ਉਹ ਬੜਾ ਮਿੱਠਾ ਬੋਲਦਾ ਹੈ ਰੱਬ ਬੜਾ ਉਹ ਕੌੜਾ ਬੋਲਦਾ ਹੀ ਨਹੀਂ ਉਹ ਇੰਨਾ ਪਿਆਰ ਕਰਦਾ ਇੱਕ ਕਦਮ ਅਸੀਂ ਚੱਲ ਕੇ ਆਈਏ ਨਾ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਇੱਕ ਵਾਰੀ ਕਦਮ ਰੱਖ ਗੁਰਦੁਆਰੇ ਵੱਲ ਉਹ ਹਜ਼ਾਰਾਂ ਕਦਮ ਅੱਗੇ ਤੈਨੂੰ ਲੈਣਾ ਵੇਗਾ ਕੋਈ ਨਾ ਕੋਈ ਬਹਾਨਾ ਬਣਾ ਦੇਵੇਗਾ ਕਿਹਨੇ ਦਿਲੋਂ ਕਿਹਾਏ ਦਿਲੋਂ ਕਦਮ ਰਖਿਆ ਪੁੱਟੇ ਮੈਨੂੰ ਲੈ ਕੇ ਆਉਣਾ ਗੁਰੂ ਦੇ ਘਰ ਐਸਾ ਪਿਆਰ ਕਰਨ ਵਾਲਾ ਗੁਰੂ ਹੈ ਗੁਰਨਾਰਾਇਣ ਦਇਓ ਗੁਰ ਗੁਰ ਸੱਚਾ ਸਰਜਣ ਹਾ ਤੇ ਗੁਰੂ ਸੱਚਾ ਹੈ ਕੇਵਲ ਸੱਚਾ ਗੁਰੂ ਹੀ ਹੈ ਹੋਰ ਕੋਈ ਨਹੀਂ ਦੁਨੀਆ ਦਾ ਹਰ ਇੱਕ ਇਨਸਾਨ ਭਾਵੇਂ ਆਪਣੇ ਆਪ ਨੂੰ ਕੋਈ ਸੰਤ ਕਹਿੰਦਾ ਹੈ ਭਾਵੇਂ ਆਪਣੇ ਆਪ ਨੂੰ ਕੋਈ ਬ੍ਰਹਮ ਗਿਆਨੀ ਬਣਾ ਕੇ ਬੈਠਾ ਹੈ ਭਾਵੇਂ ਸਾਧੂ ਬਣਾ ਕੇ ਬੈਠਾ ਹੈ ਪਰ ਸਤਗੁਰੂ ਕਹਿੰਦੇ ਸਾਰੇ ਝੂਠੇ ਹਨ ਕੇਵਲ ਇੱਕ ਗੁਰੂ ਸੱਚਾ ਹੈ ਕਿਵਲ ਗੁਰੂ ਸੱਚਾ ਹੈ ਉਹ ਕਦੀ ਝੂਠ ਨਹੀਂ ਬੋਲਦਾ ਕਿਉਂਕਿ ਆਪ ਹੀ ਸੱਚ ਹੈ ਸਾਚੀ ਗੁਰੂ ਹੈ ਤੇ ਗੁਰੂ ਹੀ ਸੱਚ ਹੈ ਤੇ ਸਿਰਜਣਹਾਰ ਹੈ ਉਹ ਸਾਰੇ ਨੂੰ ਪੈਦਾ ਕਰਨ ਵਾਲਾ ਹੈ ਸਤਿਗੁਰੂ ਜੀ ਸਾਰਿਆਂ ਨੂੰ ਉਹ ਸੱਚਾ ਹੈ ਸਦਾ ਥਿਰ ਰਹਿਣ ਵਾਲਾ ਹੈ ਕਾਇਮ ਦਾਇਮ ਹੈ ਸਦਾ ਸਥਿਰ ਰਹਿਣ ਵਾਲਾ ਹੈ ਇਹ ਨਹੀਂ ਕਿ ਇੱਧਰ ਹੈ ਤੇ ਉੱਧਰ ਇੱਧਰ ਹੈ ਤੇ ਉੱਧਰ ਨਹੀਂ ਹੈ ਗੁਰੂ ਨੂੰ ਜਿੱਥੇ ਯਾਦ ਕਰੋਗੇ ਨਾ ਉੱਥੇ ਸਹਾਈ ਹੋਵੇਗਾ ਆਪਾਂ ਵੇਖਦੇ ਅੱਜਕਲ੍ਹ ਦੁਨਿਆਵੀ ਗੁਰੂ ਬਣੇ ਹਨ ਆਪਾਂ ਸਾਰਿਆਂ ਨੂੰ ਪਤਾ ਹੈ ਹੁਣ ਜੇ ਮੰਨ ਲਓ ਕੋਈ ਚੇਲਾ ਕੇ ਦੁਨਿਆਵੀ ਬਾਬੇ ਦਾ ਗੁਰੂ ਚੇਲਾ ਬਣਿਆ ਹੈ ਮੰਨ ਲਓ ਇੱਥੇ ਉਹਨੂੰ ਯਾਦ ਕਰਦਾ ਹੈ ਉਹ ਬੈਠਾ ਹੈ ਕੈਨੇਡਾ ਦੇ ਵਿੱਚ ਯਾਦ ਕਰਦਾ ਉਹਥੇ ਮੁਸ਼ਕਲ ਪੈ ਗਈ ਹੈ ਉਸ ਦੁਨਿਆਵੀ ਬਾਬੇ ਨੂੰ ਦੁਨਿਆਵੀ ਗੁਰੂ ਨੂੰ ਯਾਦ ਕਰਦਾ ਮੈਨੂੰ ਮੁਸ਼ਕਲ ਪੈ ਗਈ ਆ ਜੀ ਹੁਣ ਉਹ ਵਿਚਾਰਾ ਟਿਕ ਟਿਕਰਾਊਗਾ ਕਿੰਨੇ ਕੰਮ ਕਰੂਗਾ ਫਿਰ ਕਿਤੇ ਤੇ ਪਹੁੰਚੂਗਾ ਉਹਨੇ ਚਰਨੋਂ ਭਾਵੇਂ ਉਹਦਾ ਭੋਗ ਪੈ ਜੇ ਇਦਾਂ ਹੀ ਹੋਵੇਗਾ ਨਾ ਜਦੋਂ ਮੁਸ਼ਕਲ ਪੈ ਗਈ ਉਦੋਂ ਕਿੱਥੇ ਆਉਣਾ ਇਹਨੇ ਹਾਂ ਫੋਨ ਤੇ ਕੋਈ ਨੁਕਤੇ ਦੱਸ ਸਕਦਾ ਪਰ ਜਿਹੜਾ ਸੱਚਾ ਗੁਰੂ ਹੈ ਨਾ ਸ਼ਬਦ ਗੁਰੂ ਹੈ ਸ਼ਬਦ ਗੁਰੂ ਸੁਰਤਤੋਂ ਨਚੀਲਾ ਗੁਰੂ ਨਾਨਕ ਸਾਹਿਬ ਨੇ ਐਸਾ ਗੁਰੂ ਸਾਨੂੰ ਦੱਸਿਆ ਹੈ ਕਿ ਜਿਹੜਾ ਹਮੇਸ਼ਾ ਸਦਾ ਨਾਲ ਹੈ ਸਦਾ ਅੰਗ ਸੰਗੇ ਅਭੰਗਮ ਬੇਪੂਤੇ ਸਦਾ ਸਦਾ ਨਾਲ ਰਹੂਗਾ ਆਪਾਂ ਜਿੱਥੇ ਮਰਜੀ ਜਾਈਏ ਵਾਹਿਗੁਰੂ ਜਪੀਏ ਗੁਰੂ ਨਾਲ ਸਦਾ ਅੰਗ ਸੰਗੇ ਬਾਜ਼ਾਰ ਵਿੱਚ ਜਾਈਓ ਉੱਥੇ ਵਾਹਿਗੁਰੂ ਜਪਲੀਏ ਗੁਰੂ ਉੱਥੇ ਨਾਲ ਜਿੱਥੇ ਮਰਜੀ ਜਾਓ ਜਿੱਥੇ ਮਰਜੀ ਐਸਾ ਗੁਰੂ ਗੈਸਾ ਗੁਰੂ ਹੈ ਜਿਹਦੇ ਨਾਲ ਸਾਨੂੰ ਜੋੜਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਗੁਰੂ ਕਹਿੰਦੇ ਸੱਚਾ ਹੈ ਉਹ ਸਿਰਜਣਹਾਰ ਹੈ ਗੁਰ ਤੁਠ ਹੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੁਰ ਨਾਨਕ ਸਾਹਿਬ ਜੀ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਸਾਹਿਬ ਦੀ ਮੋਹਰ ਲਾਉਂਦੇ ਹਨ ਕਹਿੰਦੇ ਹਨ ਗੁਰ ਤੁਠ ਹੈ ਸਭ ਕਿਛ ਪਾਇਆ ਇਹ ਦੁਨੀਆ ਦੇ ਲੋਕੋ ਨਾਨਕ ਦਾਸ ਬਲਿਹਾਰੇ ਜਾਂਦਾ ਸਦਕੇ ਜਾਂਦਾ ਐਸੇ ਲੋਕਾਂ ਤੋਂ ਜਿਹੜੇ ਲੋਕ ਪਰਮਾਤਮਾ ਦੀ ਬੰਦਗੀ ਕਰਦੇ ਜਿਹੜਾ ਪਰਮਾਤਮਾ ਦਾ ਨਾਮ ਜਪਦੇ ਆ ਕਿਉਂ ਕਿ ਗੁਰ ਤੁਠੇ ਸਭ ਕੁਛ ਪਾਇਆ ਤੇ ਸਤਗੁਰ ਜੀ ਐਸੇ ਗੁਰੂ ਤੋਂ ਬੁਲਹਾਰੇ ਜਾਂਦਾ ਐ ਐਸੇ ਗੁਰੂ ਤੋਂ ਵੀ ਐਸੇ ਗੁਰੂ ਦੇ ਸਿੱਖਾਂ ਤੋਂ ਵੀ ਬੁਲਹਾਰੇ ਜਾਂਦਾ ਐ ਕਿਉਂ ਗੁਰ ਤੁਠੇ ਸਭ ਕੁਛ ਪਾਇਆ ਗੁਰੂ ਟੁੱਟਦਾ ਹੈ ਨਾ ਫਿਰ ਸਭ ਕੁਝ ਮਿਲ ਜਾਂਦਾ ਹੈ ਕਿਉਂ ਕਿ ਜਿੰਨੇ ਓਟ ਆਸਰਾ ਗੁਰੂ ਦਾ ਲੈ ਲਿਆ ਓਟ ਆਸਰਾ ਜਿੰਨੇ ਗੁਰੂ ਦਾ ਲੈ ਲਿਆ ਨਾ ਗੁਰੂ ਪ੍ਰਸੰਨ ਹੋ ਜਾਂਦਾ ਉਸ ਤੋਂ ਤੇ ਜੇ ਗੁਰੂ ਪ੍ਰਸੰਨ ਹੋ ਗਿਆ ਫਿਰ ਕੀ ਹੋਇਆ ਫਿਰ ਸਭ ਕੁਝ ਸਾਡੇ ਘਰ ਆ ਗਿਆ ਰਿੱਧੀ ਸiddhi ਸਭ ਕੁਝ ਸਭ ਕੁਝ ਸਾਡੇ ਘਰ ਆ ਗਿਆ ਸਭ ਕੁਝ ਇੱਕ ਚੀਜ਼ ਨਹੀਂ ਰਹੇਗੀ ਇੱਕ ਚੀਜ਼ ਵੀ ਜਨੂੰ ਹੁੰਦੀ ਇੱਕ ਚੀਜ਼ ਵੀ ਕਿਉਂ ਕਿ ਪ੍ਰਮਾਤਮਾ ਕੋ ਸਾਰਾ ਕੁਝ ਆਉਂਦਾ ਹੈ ਪ੍ਰਮਾਤਮਾ ਕੋਲੋਂ ਸਾਰੇ ਦੁੱਖ ਵੀ ਪ੍ਰਮਾਤਮਾ ਕੋਲ ਆਉਂਦਾ ਹੈ ਸੁੱਖ ਵੀ ਪ੍ਰਮਾਤਮਾ ਕੋਲ ਆਉਂਦਾ ਹੈ ਜੇ ਮੰਨ ਲਓ ਅਸੀਂ ਪ੍ਰਮਾਤਮਾ ਦੀ ਸ਼ਰਨ ਵਿੱਚ ਚਲੇ ਗਏ ਫਿਰ ਪ੍ਰਮਾਤਮਾ ਨੇ ਪਤਾ ਕੀ ਕਰਨਾ ਹੈ ਪਰਮਾਤਮਾ ਨੇ ਸਾਰੇ ਦੁੱਖ ਸਾਡੇ ਕੋਲ ਲੈ ਲੈਣੇ ਆ ਦੇ ਦੇ ਮੈਨੂੰ ਆਪਣੇ ਜਿੰਨੇ ਦੁੱਖ ਹੈਗੇ ਆ ਤੇ ਸਤਿਗੁਰੂ ਕੋ ਕੀ ਆ ਸਤਿਗੁਰੂ ਕੋ ਸੁੱਖ ਆ ਸੁੱਖ ਹੀ ਸੁੱਖ ਆ ਹਮੇਸ਼ਾ ਸੁੱਖੀ ਹੈ ਵੈਸੇ ਦੁੱਖ ਸੁੱਖ ਉਹਦੀ ਖੇਡ ਹੈ ਪਰਮਾਤਮਾ ਦੀ ਖੇਡ ਹੈ ਕਰਮਾਂ ਦੇ ਅਨੁਸਾਰ ਮਿਲਦਾ ਹੈ ਪਰ ਜਿਹੜਾ ਉਹਦੇ ਆਸਰੇ ਤਾਂ ਜਿਹੜਾ ਨਾਮ ਜਪਣ ਲੱਗ ਪੈਂਦਾ ਹੈ ਫਿਰ ਕੀ ਹੁੰਦਾ ਹੈ ਫਿਰ ਖੁਸ਼ੀਆਂ ਉਹਦੇ ਘਰ ਵਿੱਚ ਦੇ ਦਿੰਦਾ ਹੈ ਖੁਸ਼ੀਆਂ ਖੁਸ਼ੀਆਂ ਦੀ ਪਰਮਾਰ ਲਾ ਦਿੰਦਾ ਹੈ ਪਰਮਾਤਮਾ ਉਹਦੇ ਵਿੜੇ ਵਿੱਚ ਇਹ ਅੱਜ ਦਾ ਪਾਵਨ ਸ਼ਬਦ ਹੈ ਦੁਖ ਭੰਜਨੀ ਸਹਿਬ ਦਾ ਜਿਹੜਾ ਪਹਿਲਾ ਸ਼ਬਦ ਹੈ ਜਿਹੜਾ ਆਪਾਂ ਰੋਜ਼ਾਨਾ ਪਾਠ ਕਰਦੇ ਹਾਂ ਦੁੱਖਾਂ ਨੂੰ ਕੱਟਣ ਵਾਸਤੇ ਇਹ ਪਹਿਲੇ ਸ਼ਬਦ ਦੀ ਵਿਚਾਰ ਹੈ ਸਤਿਗੁਰੂ ਕਹਿੰਦੇ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਇਹ ਦੁਨੀਆ ਦੇ ਲੋਕੋ ਕੇਵਲ ਦੁੱਖਾਂ ਨੂੰ ਦੂਰ ਕਰਨ ਵਾਲਾ ਦੁੱਖਾਂ ਨੂੰ ਭੰਨਣ ਵਾਲਾ ਪ੍ਰਮਾਤਮਾ ਦਾ ਨਾਮ ਹੈ ਜਪਿਆ ਕਰੋ ਬਾਕੀ ਸਾਰੇ ਕੰਮ ਕਰਦੇ 15 20 ਮਿੰਟ ਇਹ ਵੀ ਕੱਢ ਲਿਆ ਕਰੋ ਵਾਹਿਗੁਰੂ 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 ਜਪ ਲਿਆ ਕਰੋ ਇੰਨੀ ਅੱਜ ਦੀ ਵਿਚਾਰ ਹੈ ਬਾਕੀ ਜਿਹੜਾ ਉਕਿ 34 ਸ਼ਬਦ ਨੇ ਦੁਖਪੰਨੀ ਸਾਹਿਬ ਦੇ ਪਾਠ ਦੇ ਅੱਜ ਪਹਿਲੇ ਸ਼ਬਦ ਦੀ ਆਪਾਂ ਵਿਚਾਰ ਕੀਤੀ ਹੈ ਕਿਉਂਕਿ ਮੈਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾ ਰਿਹਾ ਇੱਕ ਐਪੀਸੋਡ ਵਿੱਚ ਇੱਕ ਦੇ ਵਿੱਚ ਮੈਂ ਸੋਚ ਰਿਹਾ ਕਿ ਇੱਕੋ ਦੇ ਵਿੱਚ ਇਹ ਤੁਹਾਨੂੰ ਇੱਕ ਸ਼ਬਦ ਸਰਵਣ ਕਰਵਾਇਆ ਜਾਵੇ ਕਥਾ ਵਿਚਾਰ ਕਰਾਈ ਜਾਵੇ ਅਗਲਾ ਦੂਸਰਾ ਸ਼ਬਦ ਜਿਹੜਾ ਹੈ ਉਹ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਆਪਾਂ ਸਰਵਨਾ ਕਰਾਂਗੇ ਇਸ ਵੇਲੇ ਇਹਨੇ ਕਿ ਸੇਵਾ ਪ੍ਰਵਾਨ ਕਰਨੀ ਗੁਰਬਾਣੀ ਦੇ ਅਰਥ ਵਿਚਾਰ ਕਰਦੇ ਆ ਆਪ ਜੀ ਨਾਲ ਸਾਂਝ ਪਾਉਂਦੇ ਆ ਬਹੁਤ ਗਲਤੀਆਂ ਭੁੱਲਣਾ ਹੋ ਗਈਆਂ ਹੋਣਗੀਆਂ ਸਤਿਗੁਰੂ ਬਖਸ਼ ਲੈਣ ਰੱਬ ਵਰਗੀ ਸੰਗਤ ਬਖਸ਼ ਲੈ ਦਾਸ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ